ਚਲਾ ਦੇਣਾ ਮੈਨੂੰ ਕੁਦਰਤੀ ਸੰਦੇਸ਼ਾ ਆ ਰਿਹਾ ਉਹ ਤੁਹਾਨੂੰ ਦਿਖਾਉਣਾ ਬੋਲੇ ਕਬੂਤਰ ਦੇ ਰੂਪ 'ਚ ਵਾਹ ਅੱਖਰ ਕਬੂਤਰ ਮੇਰਾ ਵਾਹਿਗੁਰੂ ਸਤਨਾਮ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸਰਾ ਦੀ ਤਾਈ ਦਿਆ ਖੇਲੇ ਸਾਰਾ ਸੰਸਾਰ ਜਗਤ ਪਾਣੀ ਥੱਲੇ ਤੋਂ ਥੱਲੇ ਜਾ ਰਿਹਾ ਅਤੇ ਧਰਤੀ ਬੰਜਰ ਹੋ ਰਹੀ ਆ ਮੋਦੀ ਜੀ ਨੇ ਭਾਰਤ ਸਵਾਸ ਬਣਾਉਣ ਦੇ ਨਾਂ ਉੱਤੇ ਰੱਬ ਨਾਲ ਧੋਖਾ ਕੀਤਾ ਥਾਂ ਥਾਂ 'ਤੇ ਮਨੁੱਖਤਾ ਨੂੰ ਨਸ਼ੇ 'ਚ ਲਾਇਆ ਜਾ ਰਿਹਾ ਸਾਡੇ ਪਿਤਾ ਭੈਣ ਭਰਾ ਸੜਕਾਂ 'ਤੇ ਬੈਠੇ ਆ ਮੋਦੀ ਜੀ ਨਵਾਂ ਸਾਲ ਚੜ੍ਹਨ ਵਾਲਾ ਆਪਣੀ ਬੋਧੀ ਹਿਲਾਓ ਅਸੀਂ ਪੱਟਣੀ ਨਹੀਂ ਅਵਿਨਾਸ਼ ਏ ਵਾਲੀ ਲੁਧਿਆਣੇ ਤੋਂ ਆਇਆ ਮੇਰੇ ਨਾਲ ਮਨ ਕੀ ਬਾਤ ਕਰੋ 2018 'ਚ ਤੁਸੀਂ ਲਿਖਿਆ ਸੀ ਅਸੀਂ 2019 'ਚ ਜਿੱਤਾਂਗੇ ਉਸੀ ਵਕਤ ਮੇਰੇ ਕੋਲ ਵਾਹਿਗੁਰੂ ਜੀ ਦਾ ਰੂਪ ਬਾਜ ਅੱਖ ਰੱਖ ਕਬੂਤਰ ਪਵੇਲੀਅਨ ਮਾਲ ਲੁਧਿਆਣਾ 6 ਨੰਬਰ ਫਲੋਰ ਉੱਤੇ ਥੋੜ੍ਹੀ ਅਖਬਾਰ 'ਤੇ ਬੈਠਾ ਮੋਦੀ ਜੀ ਮੇਰੇ ਨਾਲ ਮਨ ਦੀ ਬਾਤ ਕਰੋ ਕੁਦਰਤੀ ਸੰਦੇਸ਼ ਆ ਰਾਮ ਜੀ ਦਾ ਭੋਲੇ ਸ਼ੰਕਰ ਦੀ ਬੂਟੀ ਸੰਭਾਲ ਰਹੇ ਇਹ ਮੇਰੇ ਵੀਰ ਹਿੰਦੂ ਮੁਸਲਿਮ ਸਿੱਖ ਈਸਾਈ ਹਰਿਆਣੇ ਤੋਂ ਯੂਪੀ ਤੋਂ ਜਾਂ ਹੋਰ ਰਾਜਾਂ ਦੇ ਸੜਕਾਂ 'ਤੇ ਇਕੱਠੇ ਕਰਤੇ ਤੁਸੀਂ ਦੇਸ਼ ਦੇ ਰਾਜਾ ਵਾ ਪਿਤਾ ਵਾ ਮੋਦੀ ਜੀ ਤੁਸੀਂ ਸ਼ਾਦੀ ਕਰਾਈ ਸਾਡੀ ਭਾਬੀ ਦਾ ਸਾਈਡ 'ਤੇ ਬੈਠੀ ਆ ਤੁਸੀਂ ਸ਼ਾਦੀ ਕਰਾਓ ਭਾਬੀ ਲਿਆਓ ਸਾਨੂੰ ਪ੍ਰਸ਼ਾਦਾ ਛਕਾਓ ਅਸੀਂ ਖੁਸ਼ੀ ਆਪਣੇ ਮਾਂ ਪਿਓ ਬੱਚਿਆਂ ਨੂੰ ਲੈ ਕੇ ਪੰਜਾਬ ਜਾਈਏ ਸੁੱਖ ਖੁਸ਼ੀ ਦਾ ਮਾਹੌਲ ਬਣਾਈਏ ਭਾਰਤ ਸਵਾਸ ਬਣਾਏਂਗੇ ਹਮ ਸਾਰੇ ਹਿੰਦੂ ਮੁਸਲਿਮ ਸਿੱਖ ਈਸਾਈ ਕਰੋਨਾ ਹੈ ਕੁਦਰਤ ਦਾ ਕੁਦਰਤ ਕੋਲ ਅਰਦਾਸ ਕਰੋ ਹਿੰਦੂ ਰਾਮ 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 ਜਪਣ ਸਿੱਖ ਜਿਹੜੇ ਸੱਚੇ ਸਿੱਖ ਆ ਵੀਰੇ ਗੁੱਸਾ ਨਾ ਕਰੀ ਜਿਵੇਂ ਤੂੰ ਆ ਸਿੱਖ ਆ ਦਾੜੀ ਨਾ ਕਟਾਇਆ ਕਰ ਸਿੰਘ ਸਾਜ ਅੰਮ੍ਰਿਤ ਵੇਲਾ ਸੰਭਾਲ ਗੁਰੂ ਵਾਲੇ ਬਣ ਕਿਰਤ ਤੂੰ ਕਰ ਰਿਹਾ ਵੰਡ ਕੇ ਵੀ ਛੱਕ ਰਿਹਾ ਕਿਉਂਕਿ ਆ ਵੰਡੀ ਜਾ ਰਹੇ ਹਾਂ ਲੋਕਾਂ ਨੂੰ ਹੋਰ ਆਪਾਂ ਨੂੰ ਕੀ ਚਾਹੀਦਾ ਕੋਈ ਲੜਾਈ ਨਹੀਂ ਤੁਹਾਨੂੰ ਕੀ ਲੱਗਦਾ ਸਰਕਾਰ ਕਿਉਂ ਨਹੀਂ ਕਰ ਰਹੀ ਆਪਣਾ ਅੱਗੇ ਕਿਉਂ ਨਹੀਂ ਆ ਰਹੇ ਫੈਸਲੇ ਸਰਕਾਰ ਨੇ ਕਰਨਾ ਹੀ ਨਹੀਂ ਹੈਗਾ ਇਹ ਤਾਂ ਅੰਬਾਨੀ ਨੂੰ ਅਕਲ ਨਹੀਂ ਆ ਰਹੀ ਜਾਂ ਅਮਿਤਾਭ ਬੱਚਨ ਜਾਂ ਹੋਰ ਵੀ ਜਿਹੜੇ ਨੋਟਾਂ ਵਾਲੇ ਆ ਸਾਰਿਆਂ ਨੂੰ ਮੂਹਰੇ ਮੋਦੀ ਨੂੰ ਹੀ ਲਾ ਲਓ ਮੋਦੀ ਦੇ ਨਾਲ ਬੱਚੇ ਆ ਨਾ ਕੋਈ ਉਹਨੂੰ ਫਿਕਰ ਆ ਉਹ ਇਕੱਲਾ ਆਪਦੇ ਲਈ ਹੋਈ ਇਹ ਦੇਸ਼ ਨੂੰ ਇਕੱਠਾ ਆਪਦੇ ਮਗਰ ਲਾਇਆ ਪਿਆ ਸਾਰੇ ਲੋਕ ਸੜਕਾਂ 'ਤੇ ਆ ਉਹਨੂੰ ਅਕਲ ਨਹੀਂ ਆ ਰਹੀ ਦੇਸ਼ ਦਾ ਤੂੰ ਰਾਜਾ ਪਿਤਾ ਦੋ ਗਿਰੀ ਦਾ ਪ੍ਰਧਾਨ ਮੰਤਰੀ ਉਹ ਪ੍ਰਧਾਨ ਮੰਤਰੀ ਤਾਂ 13 ਦਿਨਾਂ ਲਈ ਵਧੀਆ ਸੀ ਅਟਲ ਬਿਹਾਰੀ ਵਾਜਪਾਈ ਪਹਿਲਾਂ 47 ਦੇ ਵਿੱਚ ਜਦੋਂ ਆਪਣਾ ਆਜ਼ਾਦ ਹੋਇਆ ਭਾਰਤ ਉਦੋਂ ਪੜ੍ਹੇ ਲਿਖੇ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਅੰਗਰੇਜ਼ਾਂ ਦੇ ਕੋਲ ਸਾਨੂੰ ਬੱਸ ਕਰਾਇਆ ਪੜ੍ਹ ਕੇ ਸਾਨੂੰ ਨਸ਼ਾ ਚਲਾਇਆ ਆਪ ਸਾਈਟਾਂ ਪੀਤੀਆਂ ਜਰਦੇ ਲਾਏ ਮੇਰੇ ਕੋਲ ਫੋੜੂਆਂ ਪੇਚੇ ਦੇ ਇਹ 'ਚ ਮੋਦੀ ਜੀ ਤੁਹਾਡੀ ਵੀ ਭਵਿੱਖਬਾਣੀ ਤੁਹਾਡੀ ਕੁੰਡਲੀ ਅਮਰਿੰਦਰ ਪੰਜਾਬ ਸਰਕਾਰ ਦੀ ਅਤੇ ਅੰਬਾਨੀ ਹੋਰ ਜਿਹੜੇ ਦਲਜੀਤ ਦਸਾਂਝ ਮਿਸ ਪੂਜਾ ਮੇਰੀ ਭੈਣ ਅਮਿਤਾਭ ਬੱਚਨ ਦਰਵਿੰਦਰ ਸਨੀ ਦਿਓਲ ਜਿਹੜਾ ਮੇਰੇ ਤੋਂ ਕੁਦਰਤ ਨੇ ਬੁਲਾਇਆ ਮੇਰੇ ਸਿਰ 'ਤੇ ਬਾਜ ਅੱਖ ਰੱਖ ਕਬੂਤਰ ਮੇਰੇ ਤੋਂ ਬੁਲਾ ਰਿਹਾ ਮੈਂ ਕੋਈ ਕੋਠੀਆਂ ਨਹੀਂ ਮੰਗੀਆਂ ਕੋਈ ਕਾਰਾਂ ਨਹੀਂ ਮੰਗੀਆਂ ਮੈਂ ਕੀ ਮੰਗਿਆ ਮੋਦੀ ਜੀ ਮੇਰੇ ਮਗਰ ਕੋਈ ਨਹੀਂ ਹੈਗਾ ਮੈਂ ਉੱਥੇ 1 ਘੰਟਾ ਰੌਲਾ ਪਾ ਕੇ ਆਇਆ ਮੈਂ ਫਿਲਮ ਦਿਖਾਉਂ ਉਹ ਕਹਿੰਦੇ ਕਮਲਾ ਹੋਣਾ ਭੰਗ ਪੀਤੀ ਹੋਣੀ ਆ ਪੀਤੀ ਆ ਤੁਸੀਂ ਕਿੱਥੇ ਜਾ ਰਹੇ ਹੋ ਹੁਣ ਮੈਂ ਦਿੱਲੀ ਜਾ ਰਿਹਾ ਮੋਦੀ ਜੀ ਨੂੰ ਅਪੀਲ ਕਰਨ ਕਿ ਤੁਹਾਡੇ ਸਿਰ 'ਤੇ ਆ ਜਿਹੜਾ ਮਾਮਾ ਤੁਹਾਡਾ ਬੈਠਾ ਉਹ ਦੇਖੋ ਮੇਰਾ ਵਾਹਿਗੁਰੂ ਦਾ ਰੂਪ ਆ ਚੱਲਦਾ ਨਹੀਂ ਤੁਸੀਂ ਦੇਖਿਓ ਹੁਣ ਕਿਉਂਕਿ ਇਹ ਚੱਲ ਕੇ ਖਤਮ ਹੋ ਗਈ ਹੁਣ ਮੈਂ ਦਿੱਲੀ ਜਾਣਾ ਦਿੱਲੀ ਮਿਲਿਓ ਮੈਂ ਇਕੱਲੇ ਨਹੀਂ ਬੈਠੂੰ ਸਕੂਟਰ 'ਤੇ ਚੱਲੇ ਸਕੂਟਰ 'ਤੇ ਵੀਰ ਜੀ ਸਕੂਟਰ 'ਤੇ ਇਹ ਬਕਸਾ ਜੀ
ਮੇਰਾ ਵਾਹਿਗੁਰੂ ਜੀ ਦਾ ਰੂਪ ਉਹਨਾਂ ਨੇ ਦੇਖੋ ਕੀ ਦਿੱਤਾ ਭਾਰਤ ਸਰਕਾਰ ਮਨ ਕੀ ਬਾਤ ਮੋਦੀ ਜੀ ਨੂੰ ਅਪੀਲ ਜਿੰਨੀਆਂ ਵੋਟਾਂ ਉਹਨੇ ਹੀ ਪਿੰਡਾਂ 'ਚ ਸ਼ਹਿਰਾਂ 'ਚ ਮੁਹੱਲਿਆਂ 'ਚ ਦਰਖਤ ਪਿੱਪਲ ਬਰੂਟਾ ਨਿਮਾ ਸਦਾ ਬਹਾਰ ਸਦਾ ਕਾਇਮ ਰਹਿਣ ਵਾਲੇ ਸਾਡੇ ਦਾਦੇ ਪੜਦਾਦਿਆਂ ਦੇ ਲੱਕੜ ਦਾਦਿਆਂ ਨੇ ਜਿਨ੍ਹਾਂ ਨੇ ਲਾਏ ਸੀ। ਸਾਡੀ ਉਮਰ ਕਿੰਨੀ ਆ ਮੇਰੇ ਵੀਰੋ? ਆਪਣੀ ਉਮਰ ਕਿੰਨੀ ਆ? 60 ਸਾਲ, 70 ਸਾਲ, 100 ਸਾਲ। ਇਹ ਜੀ ਜਿਹੜਾ ਮੈਨੂੰ ਮੇਰੇ ਵਾਹਿਗੁਰੂ ਜੀ ਨੇ ਝੋਲਾ ਪਵਾਇਆ, ਮੇਰਾ ਬਾਣਾ ਪਵਾਇਆ, ਗੋਬਿੰਦ ਸਿੰਘ ਜੀ ਦਾ ਬਾਣਾ, ਗੋਬਿੰਦ ਹੈ, ਸਭ ਗੋਬਿੰਦ ਹੈ ਮੇਰੇ ਵੀਰ ਜੀ। ਮੁਸਲਮਾਨ ਆ, ਅੱਲਾਹੂ ਅੱਲਾਹੂ ਦੇ ਨਾਰੇ ਲਾਓ। ਜੇ ਤੁਹਾਡੇ ਸਰੀਰ 'ਚ ਅੱਲਾ ਹੈਗਾ, ਰੱਬ ਸਾਰਿਆਂ 'ਚ ਵੱਸਦਾ। ਆ ਲੱਕੜ 'ਚ ਵੀ ਰੱਬ, ਤੁਹਾਡੇ 'ਚ ਸਾਰਿਆਂ 'ਚ ਰੱਬ। ਤੁਸੀਂ ਆਪਦੇ ਆਪ ਨੂੰ ਫੂਕੀ ਜਾ ਰਹੇ ਹਾਂ, ਸਾਈਡ ਤੋਂ ਹੀ ਪੀ ਰਹੇ ਹਾਂ। ਤੋ ਜੀ ਪੰਜਾਬ 'ਚ ਚੱਲਕਰ ਜੋ ਨਿਹੰਗ ਹੈ ਉਹ ਦੇਖ ਰਹੇ ਹਾਂ, ਸਕੂਟਰ ਕੇ ਉੱਪਰ ਹੀ ਦਿੱਲੀ ਤੱਕ ਜਾਏਂਗੇ, ਪੈਦਲ ਸਕੂਟਰ ਸੇ ਹੀ ਦਿੱਲੀ ਕਰ ਰਹੇ ਹਾਂ, ਕੁਛ ਕਰ ਰਹੇ ਹਾਂ, ਔਰ ਵਹਾਂ ਪਰ ਜਾ ਕੇ ਜੋ ਹੈ ਕਿਸਾਨੋ ਕੋ ਸਮਰਥਨ ਦੇ ਰਹੇ। ਤੋ ਵੈਸੇ ਕਈ ਪਾਣੀ ਬੱਸੇ ਜੋ ਸੁਬਹ ਕੇ ਰੰਗੇ ਹਮ ਲੋਕ ਆਪਕੋ ਦਿਖਾ ਰਹੇ ਹੈ, ਪਿਛਲੇ ਹਮਨੇ ਪਰਿਵਾਰ ਦਿਖਾਇਆ, ਉਸ ਸੇ ਪਹਿਲੇ ਜੋ ਬੱਸੋਂ ਮੇਂ ਵਰਕਰ ਵਕੀਲ ਸਾਥੀ ਦੇ ਉਹ ਵਹਾਂ ਪਰ ਗਏ ਹੈ। ਤੋ ਵੈਸੇ ਸੈਂਕੜੋ ਜੋ ਲੋਕ ਹੈ, ਸੈਂਕੜੋ ਪਰਿਵਾਰ ਹੈ, ਆਪ ਟੋਲ ਟੈਕਸ ਦੇਖ ਸਕਦੇ ਹੈ। ਕਈ ਯਹਾਂ ਸੇ ਅਭੀ ਥੋੜ੍ਹੀ ਦੇਰ ਪਹਿਲੇ ਟਰੈਕਟਰ ਗੁਜਰੇ ਹੈ, ਕਈ ਗਾੜੀਆਂ ਗੁਜਰੀ ਹੈ, ਔਰ ਕਈ ਐਸੇ ਪਰਿਵਾਰ ਗੁਜਰੇ ਹੈ ਜਿਸਮੇਂ ਪੂਰਾ ਕਾ ਪੂਰਾ ਪਰਿਵਾਰ ਗਾੜੀ ਮੇਂ ਮੌਜੂਦ ਥਾ, ਔਰ ਉਹ ਲੋਕ ਸਮਰਥਨ ਦੇਣੇ ਜਾ ਰਹੇ ਹੈ। ਇਸ ਸਾਈਡ ਕੀ ਆਪਕੋ ਤਸਵੀਰੇ ਦਿਖਾ ਦੇ, ਯਹਾਂ DSP ਦੋਨੋਂ DSP ਯਹਾਂ ਪਰ ਖੜੇ ਹੈ, SDM ਖੜੇ ਹੈ, ਔਰ ਸਾਰੀ ਸਥਿਤੀ ਕਾ ਜੋ ਹੈ ਜਾਇਜ਼ਾ ਲੈ ਰਹੇ ਹੈ। ਤੋ ਪਲ ਪਲ ਕੀ ਅਪਡੇਟ ਜੋ ਹੈ ਹਮ ਲੋਕ ਵਾਇਸ ਆਫ ਪਾਨੀਪਤ ਕੇ ਜ਼ਰੀਏ ਆਪਕੋ ਦੇ ਰਹੇ ਹੈ। ਤੋ ਆਪ ਜੁੜੇ ਰਹੀਏ, ਹਮ ਜੋ SHO DSP ਹੈ ਉਨਸੇ ਬਾਤਚੀਤ ਕਰਨੇ ਕੀ ਕੋਸ਼ਿਸ਼ ਕਰਤੇ ਹੈ ਕਿ ਉਨਕਾ ਇਸ ਸਾਰੇ ਮਾਮਲੇ ਮੇਂ ਕਿਆ ਕਰਨਾ। ਤੋ ਫਿਲਹਾਲ ਇਹ ਤਸਵੀਰੇ ਆਪ ਜ਼ਿਆਦਾ ਸੇ ਜ਼ਿਆਦਾ ਵਾਇਰਲ ਜ਼ਰੂਰ ਕਰੇ, ਸ਼ੇਅਰ ਜ਼ਰੂਰ ਕਰੇ, ਤਾਂ ਕਿ ਜੋ ਕਿਸਾਨੋ ਕਾ ਸਮਰਥਨ ਹੈ ਉਸੇ ਹੋਰ ਸਮਰਥਨ ਮਿਲ ਸਕੇ। ਤੋ ਇਹ DSP ਔਰ ਜੋ ਤਮਾਮ ਅਧਿਕਾਰੀ ਹੈ ਉਹ ਪਲ ਪਲ ਕੀ ਅਪਡੇਟ ਜੋ ਹੈ ਕਿਸਾਨੋ ਸੇ ਜੁੜੇ ਮਸਲੇ ਕੀ ਉਹ ਲੈ ਰਹੇ ਹੈ। ਤੋ ਬਾਤਚੀਤ ਕਰਨੇ ਕੀ ਕੋਸ਼ਿਸ਼ ਕਰਤੇ ਹੈ। ਤੋ ਇਹ ਆਪਣੇ ਅਧਿਕਾਰੀਓਂ ਸੇ ਅਪਡੇਟ ਲੈ ਰਹੇ ਹੈ ਇਸ ਮਾਮਲੇ ਕੀ। ਤੋ SDM ਹੈ, ਇਨਸੇ ਬਾਤਚੀਤ। ਸਰ ਪੀਸਫੁਲ ਚੱਲ ਰਿਹਾ ਸਾਰਾ ਜੀ? ਸਰ ਕਿਸੇ ਤਰ੍ਹਾਂ ਕੋਈ ਦਿੱਕਤ ਨਹੀਂ, ਸਭ ਠੀਕ ਚੱਲ ਰਿਹਾ ਜੀ? ਸਭ ਸ਼ਾਂਤ ਚੱਲ ਰਿਹਾ। ਕੁਛ ਆ ਰਹੇ ਟੋਲ ਪਲਾਜ਼ਾ, ਅਸੀਂ ਡਰ ਗਏ ਪਰਚੀ ਕੱਟਣੀ ਸ਼ੁਰੂ ਕਰ ਦੀ, ਵਹਾਂ ਕੁਛ ਐਸੀ ਸੂਚਨਾ ਮਿਲੀ ਜੀ? ਪਰਚੀ ਕੌਣ ਕੱਟੇਗਾ? ਟੋਲ ਕੀ? ਹਾਂ ਟੋਲ ਕੀ, ਵਹਾਂ ਕੱਟ ਰਹੇ ਹੋ? ਫਾਸਟੈਗ ਵੀ ਹੈ, ਵੋ ਵੀ ਹੈ, ਕੱਟ ਰਹੇ ਹੋ, ਲੋਕ ਫੈਸਿਲਿਟੀ ਯੂਜ਼ ਕਰ ਰਹੇ ਹੈ, ਚਲੇਗਾ ਜੀ? ਜੀ ਯਹਾਂ ਬਿਲਕੁਲ ਫਰੀ ਕਰ ਰੱਖਿਆ ਜੀ? ਨਹੀਂ, ਆਈ ਥਿੰਕ ਫਾਸਟੈਗ ਤੋਂ ਚੱਲ ਹੀ ਰਿਹਾ ਯਹਾਂ ਪਰ ਜੀ। ਜੀ ਵੈਸੇ ਓਵਰਆਲ ਪੀਸਫੁਲ ਹੈ ਜੀ ਸਾਰਾ? ਹਾਂ ਪੀਸਫੁਲ ਹੈ, ਅਭੀ ਤੱਕ ਕੋਈ ਐਸੀ ਸੂਚਨਾ ਨਹੀਂ ਹੈ, ਐਪਰੀ ਘਟਨਾ ਕੋਈ ਨਹੀਂ ਹੈ। ਤੋ ਇਹ DSP ਸਰ ਥੇ ਜੋ ਬਤਾ ਰਹੇ ਥੇ ਕਿ ਪੀਸਫੁਲ ਹੈ ਸਾਰਾ, ਐਸਾ ਕੁਛ ਨਹੀਂ ਹੈ, ਲੇਕਿਨ ਜੋ ਇੱਕ ਬੜੀ ਬਾਤ ਹੈ ਕਿ ਟੋਲ ਪਲਾਜ਼ਾ ਮੇਂ ਜੋ ਲੋਕ ਫਾਸਟੈਗ ਯੂਜ਼ ਕਰ ਰਹੇ ਹੈ ਉਨਕੇ ਪੈਸੇ ਜ਼ਰੂਰ ਲੱਗ ਰਹੇ ਹੈ, ਔਰ ਕਰਨਾਲ ਮੇਂ 1000 ਟਰਾਲੀਆਂ ਜੋ ਹੈ ਪਹੁੰਚ ਗਈਆਂ, ਐਸੇ ਜੋ ਕਮੈਂਟ ਹੈ ਉਹ ਵੀ ਆ ਰਹੇ ਹੈ, ਔਰ ਇਹ ਜਲਦੀ ਪਾਨੀਪਤ ਟੋਲ ਪਲਾਜ਼ਾ ਪਰ ਵੀ ਪਹੁੰਚੇਗੀ। ਤੋ ਜੁੜ ਰਹੀ ਹੈ ਵੈਸੋ ਪਾਨੀਪਤ ਕੇ ਸਾਥ, ਪਲ ਪਲ ਕੀ ਅਪਡੇਟ ਜੋ ਹੈ ਹਮ ਲੋਕ ਆਪਕੋ ਦੇਤੇ ਰਹੇਗੇ।